ਜਿੱਥੋਂ ਤੱਕ ਮੈਨੂੰ ਪਤਾ ਨਾ ਵੀਡੀਓ ਉਹੀ ਸਟੂਡੈਂਟ ਦੇਖਦਾ ਜਿਨ੍ਹਾਂ ਨੇ ਧਰਮ ਕਾਲਜ ਲਿਆ ਵਾ ਤੇ ਜਾਂ ਧਰਮ ਕਾਲਜ ਲੈਣ ਬਾਰੇ ਸੋਚ ਰਿਹਾ। ਮੈਂ ਤੁਹਾਨੂੰ ਅੱਜ ਦੋ ਤਿੰਨ ਗੱਲਾਂ ਕਰਾਂਗਾ, ਪੋਜ਼ਿਟਿਵ ਇਹ ਨਾ ਵੀ ਧਰਮ ਕਾਲਜ ਬਾਰੇ ਦੱਸਾਂਗਾ ਤੇ ਨੈਗੇਟਿਵ ਇਹ ਨਾ, ਕਿਉਂਕਿ ਮੈਂ ਇੱਥੋਂ ਪਿਛਲੇ ਮਹੀਨੇ ਗ੍ਰੈਜੂਏਟ ਹੋਇਆ ਧਰਮ ਕਾਲਜ ਚੋਂ ਬਿਠਵੀ ਕੈਂਪਸ ਤੋਂ। ਆਪਾਂ ਸਾਰੀਆਂ ਗੱਲਾਂ ਕਰਦੇ ਹਾਂ, ਕਿੱਦਾਂ ਦਾ ਕਾਲਜ ਸੀ, ਕਿੱਦਾਂ ਦਾ ਮੇਰਾ ਬਿਹੇਵੀਅਰ ਰਿਹਾ ਉੱਥੇ, ਕਿੰਨਾ ਕੁਛ ਸਿੱਖਣ ਨੂੰ ਮਿਲਿਆ, ਕੀ ਚੀਜ਼ ਚੰਗੀ ਲੱਗੀ, ਕੀ ਮਾੜੀ ਲੱਗੀ, ਸਾਰੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਬੇਸਿਕਲੀ ਜਿਹੜਾ ਬੱਚਿਆਂ ਦਾ ਡਾਊਟ ਹੁੰਦਾ ਕਾਲਜ ਸਿਲੈਕਟ ਕਰਨ ਤੋਂ ਬਾਅਦ ਕਿ ਕਾਲਜ ਦੀ ਪੜ੍ਹਾਈ ਕਿੱਦਾਂ ਦੀ ਆ, ਕਾਲਜ ਸਟ੍ਰਿਕਟ ਤਾਂ ਨਹੀਂ, ਸਾਰੀਆਂ ਗੱਲਾਂ ਕਰਦੇ ਹਾਂ, ਅੱਜ ਹੁਣ ਬਣੇ ਰਹੋ ਵੀਡੀਓ 'ਚ। ਸਭ ਤੋਂ ਪਹਿਲਾਂ ਡਾਊਟ ਆ ਕਿ ਕਾਲਜ ਥੋੜ੍ਹਾ ਸਟ੍ਰਿਕਟ ਤਾਂ ਨਹੀਂ ਧਰਮ ਕਾਲਜ, ਤਾਂ ਇਹਦਾ ਆਨਸਰ ਮੈਂ ਇਹੀ ਦੇਣਾ ਚਾਹੂੰਗਾ ਕਿ ਨਹੀਂ, ਕਾਲਜ ਸਟ੍ਰਿਕਟ ਨਹੀਂ ਆ, ਕਾਲਜ ਬਹੁਤ ਵਧੀਆ ਹੈਗਾ। ਜੇ ਤੁਹਾਡੇ ਕੋਲ ਆਰਟਸ ਵਾਲੀ ਸਬਜੈਕਟ ਲੈਣੇ ਹੋ, ਹੋਸਪਿਟੈਲਿਟੀ ਮੈਨੇਜਮੈਂਟ, ਕਲਰੀ ਮੈਨੇਜਮੈਂਟ ਤੇ ਟੂਰਿਜ਼ਮ, ਤਾਂ ਤੁਹਾਨੂੰ ਬਿਟਵੀ ਕੈਂਪਸ ਹੀ ਮਿਲਣਾ ਧਰਮ ਕਾਲਜ ਦਾ। ਦੋ ਕੈਂਪਸ ਨੇ ਔਸ਼ਵਾ ਦੇ ਵਿੱਚ, ਇੱਕ ਤਾਂ ਹੈਗਾ ਔਸ਼ਵਾ ਮੇਨ ਕੈਂਪਸ, ਜਿਹੜੇ ਇੰਜੀਨੀਅਰ ਵਾਲੇ ਬੰਦੇ ਨੋਨ ਮੈਡੀਕਲ ਵਾਲੇ ਮੈਡੀਕਲ ਉੱਧਰ ਮਿਲਦਾ ਉਹਨਾਂ ਨੂੰ, ਤੇ ਜਾਂ ਜਿਹੜੀ ਫੀਲਡ ਰਿਲੇਟਡ ਜੋਬ ਲੈਂਦੇ ਆ, ਸੋਰੀ ਜੋਬ ਕਹਿੰਦੇ ਆ, ਉਹਨੇ ਸਟੱਡੀ ਹੁੰਦੀ ਆ ਅੱਗੇ, ਮੰਨ ਕੇ ਚਲੋ ਸਟੱਡੀ ਡਨ ਕਰਨ ਤੋਂ ਬਾਅਦ ਅਗਲਾ ਦੁਬਾਰੇ ਸਟੱਡੀ ਚੱਕਦੇ ਆ, ਤਾਂ ਉਹ ਉੱਧਰ ਜਾਂਦੇ ਆ ਸਟੂਡੈਂਟ। ਤੇ ਜਿਹੜੇ ਆਪਣੇ ਆਰਟਸ ਵਾਲੇ ਨੇ, ਹੋਸਪਿਟੈਲਿਟੀ ਕਲਨੀ ਟੂਰਿਜ਼ਮ, ਸਾਰੇ ਬਿਟਵੀ ਕੈਂਪਸ ਜਾਂਦੇ ਆ। ਹੁਣ ਬਿਟਵੀ ਕੈਂਪਸ ਛੋਟਾ ਕਾਲਜ ਆ ਧਰਮ ਕਾਲਜ ਦਾ ਹੀ, ਮੇਨ ਛੋਟੀ ਬ੍ਰਾਂਚ ਆ, ਸਭ ਤੋਂ ਵਧੀਆ ਕਿ ਮੈਂ 2 ਸਾਲ ਉੱਥੇ ਪੜ੍ਹਿਆ, ਤੁਹਾਨੂੰ ਜ਼ਿਆਦਾ ਰਸ਼ ਨਹੀਂ ਪਊਗਾ ਉੱਥੇ, ਜਮਾਂ ਲਾਈਟ ਆ, ਵਧੀਆ ਮਜ਼ੇ ਕਰੋਗੇ, ਆਪਦੇ 2 ਸਾਲ ਤੁਹਾਨੂੰ ਪਤਾ ਨਹੀਂ ਕਿਵੇਂ ਲੰਘ ਜਾਣਗੇ। ਪੜ੍ਹਾਈ ਬਹੁਤ ਈਜ਼ੀ ਪੜ੍ਹਾਈ ਆ, ਬਸ 2 ਗੱਲਾਂ ਦਾ ਧਿਆਨ ਰੱਖਿਓ ਇੱਥੇ, ਇੱਕ ਤਾਂ ਪ੍ਰੋਫੈਸਰ ਨਾਲ ਬਣਾ ਕੇ ਰੱਖਿਓ, ਇੱਕ ਜਿਹੜੀ ਵੀ ਅਸਾਈਨਮੈਂਟ ਦਊਗਾ ਉਹ ਟਾਈਮ ਤੋਂ ਪਹਿਲਾਂ ਸਬਮਿਟ ਕਰ ਦਿਓ, ਟਾਈਮ ਤੋਂ ਬਾਅਦ ਕਰੋਗੇ ਇੱਕ ਤਾਂ 10% ਤੁਹਾਡੇ ਨੰਬਰ ਕੱਟੇ ਜਾਣਗੇ, ਦੂਜੇ ਨੰਬਰ ਤੇ ਸ਼ਾਇਦ ਉਹ ਤੁਹਾਨੂੰ ਨੰਬਰ ਘੱਟ ਦੇਵੇ, ਟਾਈਮ ਤੋਂ ਪਹਿਲਾਂ ਕਰੋਗੇ ਤਾਂ ਸ਼ਾਇਦ ਤੁਹਾਨੂੰ ਨੰਬਰ ਜ਼ਿਆਦਾ ਦੇ ਦੇ, ਕਿਉਂਕਿ ਇਹ ਚੀਜ਼ਾਂ ਹੁੰਦੀਆਂ। ਤਾਂ ਮੈਂ ਤੁਹਾਨੂੰ ਤਾਂ ਇੱਕ ਆਪਦੇ ਪੁਆਇੰਟ ਆਫ ਵਿਊ ਨਾਲ ਦੱਸਿਆ ਕਿ ਆਪਦੀਆਂ, ਤੇ ਕੋਈ ਵੀ ਅਸਾਈਨਮੈਂਟ ਮਿਸ ਨਹੀਂ ਕਰਨੀ, ਚਾਹੇ ਉਹ 5 ਦੀ ਹੈ ਚਾਹੇ 10 ਦੀ ਹੈ, ਬਾਅਦ ਚੋਂ ਇੱਥੇ ਜਵਾਕ ਮੇਰੇ ਨਾਲ ਉਹ ਵੀ ਜਿਹੜੇ 2-2 ਨੰਬਰ ਤੇ ਫੇਲ ਹੋਇਆ, ਤਾਂ ਆਪਦੀ ਗੱਲ ਧਿਆਨ ਰੱਖਿਓ, ਜਦੋਂ ਤੁਹਾਨੂੰ ਚੱਕਣ 'ਚ ਆ ਗਏ ਨਾ, ਫਿਰ ਪ੍ਰੋਫੈਸਰ ਕੁਛ ਨਹੀਂ ਦੇਖਦੇ, ਬੁਰਦੀ ਡਾਂ ਦਿਆ, ਇਹ ਗੱਲਾਂ ਵੀ ਹੈਗੀਆਂ ਇੱਥੇ, ਤਾਂ ਕਿ ਉਹਨਾਂ ਦੀ ਬਣਾ ਕੇ ਰੱਖਿਓ ਪ੍ਰੋਫੈਸਰ ਨਾਲ, ਤੇ ਨਹੀਂ ਫਿਰ ਤੁਹਾਨੂੰ ਡਿੱਗੇ ਹੋਏ ਨੂੰ ਵੀ ਉਠਾਉਣ ਤੇ ਤੁਹਾਨੂੰ ਪਾਸ ਵੀ। ਮੇਰੇ ਨਾਲ ਮੁੰਡਾ ਜਿਹਦੇ 50 ਵਾਲਾ ਪਾਸ ਹੁੰਦਾ ਸੀ, 39 ਸੀ, ਤੇ ਪ੍ਰੋਫੈਸਰ ਨੇ ਚੱਕ ਕੇ 52 ਕਰਕੇ ਪਾਸ ਕਰਤਾ ਸੀ, ਤਾਂ ਮੈਂ ਕਹਿਣਾ ਆਪਦਾ ਪ੍ਰੋਫੈਸਰ ਨਾਲ ਬਣਾ ਕੇ ਰੱਖਿਓ। ਸਟੱਡੀ ਵਾਲਾ ਡਾਊਟ ਤੁਹਾਡਾ ਗੱਲ ਕਲੀਅਰ ਹੋ ਗਈ। ਦੂਜੇ ਨੰਬਰ ਤੇ ਕਲਾਸਾਂ ਦੀ ਗੱਲ, ਕੋਈ ਵੀ ਜਿਹੜੀ ਕਲਾਸ ਦੇ ਵਿੱਚ ਪ੍ਰੈਜੈਂਟੇਸ਼ਨ ਹੈਗੀ ਆ ਜਾਂ ਪ੍ਰੈਜੈਂਟ ਲੱਗਦੀ ਜਿਹੜੀ ਕਲਾਸ ਦੀ ਅਟੈਂਡੈਂਸ ਆ, ਕਲਾਸ ਕਦੇ ਮਿਸ ਨਹੀਂ ਕਰਨੀ, ਕਿਉਂਕਿ ਉਹਦੇ ਨੰਬਰ ਹੁੰਦੇ ਆ, 5-5 ਨੰਬਰ ਹੁੰਦੇ ਹਰੇਕ ਕਲਾਸ ਜੁਆਇਨ ਕਰਨ ਦੇ। ਉਸ ਤੋਂ ਬਾਅਦ ਤੀਜੇ ਨੰਬਰ ਤੇ ਲੈਬ ਕਲਾਸਾਂ ਕਦੇ ਵੀ ਮਿਸ ਨਾ ਕਰਿਓ, ਜੇ ਇੱਕ ਵੀ ਲੈਬ ਮਿਸ ਕਰਤੀ ਸ਼ਾਇਦ ਤੁਸੀਂ ਕੋਰਸ ਤੋਂ ਬਾਹਰ ਹੋ ਜਾਓਗੇ, ਜਿਹੜਾ ਸਬਜੈਕਟ ਤੁਸੀਂ ਲਿਆ ਵਾ ਫਿਰ ਤੁਹਾਨੂੰ ਅਗਲੇ ਸਮੈਸਟਰ ਦੁਬਾਰਾ ਚੱਕਣੀ ਪਊਗਾ ਉਹੀ ਸਬਜੈਕਟ। ਤੇ ਇੱਥੇ ਸਬਜੈਕਟਾਂ ਦਾ ਇਹ ਚੀਜ਼ ਮੈਟਰ ਕਰਦੀ ਹੈ, ਮੰਨ ਕੇ ਚੱਲੋ ਤੁਹਾਡੇ ਕੋਲ ਇੱਕ ਇੰਗਲਿਸ਼ ਆ ਪਹਿਲੇ ਸਮੈਸਟਰ 'ਚ, ਜੇ ਤੁਸੀਂ ਪਹਿਲੇ ਸਮੈਸਟਰ 'ਚ ਇੰਗਲਿਸ਼ 'ਚੋਂ ਫੇਲ ਹੋ ਗਏ, ਤੁਹਾਨੂੰ ਸੈਕਿੰਡ ਸਮੈਸਟਰ 'ਚ ਉਹ ਇੰਗਲਿਸ਼ ਸਬਜੈਕਟ ਨਹੀਂ ਮਿਲਣਾ, ਤੁਹਾਨੂੂੰ ਉਹ 3rd semester 'ਚ ਮਿਲੂਗਾ, ਤਾਂ ਤੁਹਾਨੂੰ 1 ਸਬਜੈਕਟ ਦੇ ਲਈ ਤੁਹਾਨੂੰ 8 ਮਹੀਨੇ ਵੇਟ ਕਰਨੀ ਪਊਗੀ ਘੱਟੋ ਘੱਟ। 4 ਮਹੀਨੇ ਤੁਸੀਂ ਪਹਿਲਾਂ ਜਿਹੜੇ ਪੜ੍ਹ ਗਏ, ਪੜ੍ਹਨ ਤੋਂ ਤੁਸੀਂ ਫੇਲ ਹੋ ਗਏ, 4 ਮਹੀਨੇ ਤੁਹਾਡੇ ਹੋ ਗਏ, ਫਿਰ ਅਗਲੇ 4 ਮਹੀਨੇ ਤੁਹਾਨੂੰ ਸਬਜੈਕਟ ਮਿਲਣਾ ਨਹੀਂ, ਉਦੋਂ ਅਗਲੇ 4 ਮਹੀਨਿਆਂ 'ਚ ਮਿਲੂ ਜਾ ਕੇ, ਫਿਰ ਤੁਹਾਨੂੰ ਉਹੀ ਸਬਜੈਕਟ ਪਾਸ ਕਰਨਾ ਹੀ ਪਊਗਾ। ਜੇ ਨਾ ਪਾਸ ਕਰੋਗੇ ਤੁਹਾਨੂੰ ਗ੍ਰੈਜੂਏਸ਼ਨ ਦਾ ਲੈਟਰ ਨਹੀਂ ਦੇਣਾ ਇਹਨਾਂ ਨੇ, ਤਾਂ ਤੁਹਾਨੂੰ ਉਹ ਕੋਰਸ ਲੈਣਾ ਹੀ ਪਊਗਾ। ਹੁਣ ਮੈਂ ਗੱਲ ਇੱਕ ਬੇਸਿਕਲੀ ਗੱਲ ਕਰਦਾ, ਆਪਣੇ 2 ਸਾਲ ਦੇ ਪੜ੍ਹਾਈ ਦੇ ਵਿੱਚ 4 semester ਹੁੰਦੇ ਆ, 1 semester 4 ਮਹੀਨੇ ਦਾ ਹੁੰਦਾ ਤੇ 1 ਸਾਲ 'ਚ 2 semester ਨੇ, ਤੁਸੀਂ ਉਹ ਪਾਸ ਕਰ ਜਾਓਗੇ, ਉਸ ਤੋਂ ਬਾਅਦ ਤੁਹਾਡਾ ਅਗਲੇ ਸਾਲ ਦੀ ਪੜ੍ਹਾਈ ਨਾਲ ਦੀ ਨਾਲ ਚੱਲ ਪੈਣੀ ਹੈ। ਜੇ ਤੁਹਾਡਾ ਮੇਨ ਟੇਕ ਲਿਆ ਵਾ, ਜੇ ਤੁਹਾਡਾ ਸਤੰਬਰ ਇਨਟੇਕ ਲਿਆ ਵਾ, ਤਾਂ ਤੁਹਾਡੇ ਜਿਹੜੇ ਪਹਿਲੇ 8 ਮਹੀਨੇ ਦੀ ਪੜ੍ਹਾਈ ਤੋਂ ਉਸਨੂੰ 4 ਮਹੀਨੇ ਛੁੱਟੀਆਂ ਮਿਲਣਗੀਆਂ, ਉਸ ਤੋਂ ਬਾਅਦ ਤੁਹਾਡੀ 3rd semester ਸ਼ੁਰੂ ਹੋਣਾ। ਇਹ 2-3 ਬੇਸਿਕ ਗੱਲਾਂ ਸੀ ਜਿਹੜੀਆਂ ਮੈਂ ਤੁਹਾਨੂੰ ਸਮਝਾਈਆਂ ਐਗਜ਼ਾਮਪਲ ਦੇ ਨਾਲ। ਹੁਣ ਤੁਹਾਡਾ ਪੜ੍ਹਾਈ ਵਾਲਾ ਡਾਊਟ ਕਲੀਅਰ ਹੋ ਗਿਆ, ਪਾਸ ਵਾਲਾ ਕਲੀਅਰ ਹੋ ਗਿਆ, ਇੱਕ ਗੱਲ ਹੋਰ ਮੇਕ ਸ਼ੋਰ ਕਰਿਓ, ਜਿਹੜੇ ਇਹਨਾਂ ਦੇ ਸਟੱਡੀ ਲੈਵਲ ਕਿੱਦਾਂ ਧਰਮ ਦਾ, ਫਸਟ ਜਿਹੜਾ ਸਮੈਸਟਰ ਆ ਉਹ ਥੋੜ੍ਹਾ ਠੀਕ ਹੁੰਦਾ, ਸੈਕੰਡ ਪੂਰਾ ਹਾਰਡ ਹੁੰਦਾ ਸਮੈਸਟਰ, ਥਰਡ ਫਿਰ ਮੀਡੀਅਮ ਆ ਜਾਂਦਾ, ਤੇ ਫੋਰਥ ਵਨ ਤੁਸੀਂ ਐਕਸਪਰਟ ਹੋ ਜਾਂਦੇ, ਤੁਸੀਂ ਜਾਂਦੇ ਹੀ ਨਹੀਂ। ਫਿਰ ਮੈਂ ਚੌੜ ਕਰਦਾ, ਉਦੋਂ ਸੱਚੀ ਉਹ ਬਹੁਤ ਸੌਖਾ ਹੁੰਦਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਉਹ ਏਦਾਂ ਕਿ ਮੈਂ 2 ਹਫ਼ਤਿਆਂ ਤੁਹਾਡਾ ਸਾਰਾ ਸਮੈਸਟਰ ਲੰਘ ਗਿਆ, 4 ਮਹੀਨੇ ਉਹ ਇੱਦਾਂ ਦਾ ਲਾਸਟ ਸਮੈਸਟਰ, ਜਮਾਂ ਸੌਖਾ ਹੁੰਦਾ। ਪੜ੍ਹਾਈ ਆਪਦਾ ਪੂਰਾ ਖਿਆਲ ਰੱਖਿਓ, ਜੇ ਧਰਮ ਕਾਲਜ ਲੈ ਕੇ ਆਏ ਹੋ, ਇੱਥੇ ਕੋਈ ਸਟ੍ਰਿਕ ਨਹੀਂ ਆ, ਪਰ ਹਾਂ ਪ੍ਰੋਫੈਸਰ ਨਾਲ ਬਣਾ ਕੇ ਰੱਖਿਓ। ਪੜ੍ਹਾਈ ਦੀ ਗੱਲ ਕਲੀਅਰ ਹੋ ਗਈ, ਕਾਲਜ ਦੀ ਗੱਲ ਕਲੀਅਰ ਹੋ ਗਈ, ਤੇ ਹੁਣ ਆਪਾਂ ਗੱਲ ਕਰਦੇ ਹਾਂ ਅਕੋਮੋਡੇਸ਼ਨ ਕਿੱਦਾਂ ਦੀ ਆ। ਇੱਥੇ ਰੈਂਟ ਚੱਲਦਾ 350 ਤੋਂ ਲੈ ਕੇ 550 ਤੱਕ ਸ਼ੇਅਰਿੰਗ ਦੇ ਵਿੱਚ ਆ ਰੈਂਟ ਪਰ ਪਰਸਨ ਦਾ। ਉਸ ਤੋਂ ਇਲਾਵਾ ਜੇ ਆਪਾਂ ਪ੍ਰਾਈਵੇਟ ਦੀ ਗੱਲ ਕਰੀਏ ਤਾਂ 550 ਤੋਂ ਲੈ ਕੇ ਤੁਹਾਨੂੰ 800 ਤੱਕ ਵੀ ਰੂਮ ਮਿਲ ਜਾਂਦੇ ਆ, ਜਿਹੜੇ ਤੁਸੀਂ ਪ੍ਰਾਈਵੇਟ ਜੇ ਤੁਹਾਨੂੰ ਨਹੀਂ ਸ਼ੇਅਰਿੰਗ ਕਰਨਾ ਪਸੰਦ ਤਾਂ ਪ੍ਰਾਈਵੇਟ ਲੈ। ਤੇ ਬੇਸਮੈਂਟਾਂ ਜੇ ਤੁਸੀਂ ਖੁਦ ਹੀ ਬੇਸਮੈਂਟ ਲੈਣੀ ਹੈ, ਕੱਪੜ ਹੋ ਜਾਂ ਕੁਛ ਵੀ ਹੋ, ਤਾਂ ਤੁਹਾਨੂੰ ਬੇਸਮੈਂਟ 1000 ਤੋਂ ਸ਼ੁਰੂ ਹੋ ਕੇ 1500 ਤੱਕ ਬੇਸਮੈਂਟ ਮਿਲ ਜਾਂਦੀ ਆ, 1 ਸਿੰਗਲ ਬੈਡਰੂਮ ਜਿਹਦੇ ਵਿੱਚ ਬਾਥਰੂਮ ਕਿਚਨ ਵਗੈਰਾ ਸਾਰਾ ਕੁਛ ਹੁੰਦਾ ਤੇ ਲੌਂਡਰੀ ਵੀ ਪ੍ਰਾਈਵੇਟ ਹੁੰਦੀ ਆ। ਤੇ ਕਈ ਕਈ 1500 ਲਾਓਗੇ ਫਿਰ ਤੁਹਾਨੂੰ 2 ਬੈਡਰੂਮ
ਭਾਲਦੇ ਹੋ, ਕੁਛ ਵੀ ਭਾਲਦੇ ਹੋ ਤਾਂ ਸਾਡਾ ਇੰਸਟਾ ਤੇ ਪੇਜ ਆ ਧਰਮ ਕਨਫੈਸ਼ਨ ਨੂੰ ਫੋਲੋ ਕਰ ਲਿਓ। ਤੁਹਾਨੂੰ ਉੱਥੇ ਬਹੁਤ ਜ਼ਿਆਦਾ ਹੈਲਪ ਮਿਲਣੀ ਆ ਹਰ ਇੱਕ ਚੀਜ਼ 'ਚ ਰਿਗਾਰਡਿੰਗ, ਰਹਿਣ ਸਹਿਣ 'ਚ, ਘਰ ਲੱਭਣ 'ਚ, ਜੋਬ 'ਚ, ਹਰ ਚੀਜ਼ ਪੋਸਟਾਂ ਪਾਉਂਦਾ ਮੁੰਡਾ ਉਹ ਧਰਮ ਕਨਫੈਸ਼ਨ ਇੰਸਟਾਗ੍ਰਾਮ ਪੇਜ 'ਤੇ, ਤਾਂ ਮੇਕ ਸ਼ੋਰ ਉਹਨੂੰ ਫੋਲੋ ਕਰ ਲਿਓ। ਹੁਣ ਦੂਜੇ ਨੰਬਰ 'ਤੇ ਕੰਪਟੀਸ਼ਨ ਕਲੀਅਰ ਹੋ ਗਈ, ਸਟੱਡੀ ਕਲੀਅਰ ਹੋ ਗਈ, ਹੁਣ ਇੱਥੇ ਕੰਮ ਕਿੱਦਾਂ ਦਾ? ਕੰਮ ਬਈ ਜਿੰਨੇ ਕੁ ਸਟੂਡੈਂਟ ਆਏ ਹੋਏ ਸਾਰੇ ਡਬਲ ਸ਼ਿਫਟਾਂ ਲਾਉਂਦੇ ਆ, ਹੁਣ ਤੁਹਾਡਾ ਗੱਲ ਕਲੀਅਰ ਹੀ ਹੋਊਗਾ, ਕੰਮ ਹੈਗਾ ਇੱਥੇ, ਲੱਭੋਗੇ ਕੰਮ, ਤੁਹਾਨੂੰ ਡਬਲ ਡਬਲ ਸ਼ਿਫਟਾਂ ਵੀ ਮਿਲ ਜਾਣਗੀਆਂ, ਇੰਨਾ ਕੰਮ ਤਾਂ ਉਹ ਤੁਹਾਡੇ ਲੱਭਣ 'ਤੇ। ਇਹ ਨਹੀਂ ਕਿਸੇ ਦੇ ਸਿਰ 'ਤੇ ਬਹਿਣਾ ਕਿ ਬਾਈ ਤੂੰ ਦਵਾ ਦੇ ਤੂੰ ਦਵਾ ਦੇ, ਇੱਥੇ ਕੋਈ ਨਹੀਂ ਦਵਾਉਂਦਾ, ਸਾਰੇ ਆਪਦੇ ਕੰਮਾਂ 'ਚ ਫਸੇ ਪਏ ਆ। ਮੈਂ ਬੇਸਿਕ ਗੱਲ ਕਲੀਅਰ ਕਰਦਾ, ਤੁਹਾਨੂੰ ਕੋਈ ਗਾਈਡ ਕਰ ਸਕਦਾ ਕਿ ਉੱਥੇ ਜੋਬ ਹਾਇਰਿੰਗ ਹੈ, ਜਿਵੇਂ ਹੁਣ ਸਿਕਿਉਰਟੀ ਦੀ ਗੱਲ ਕਰਾਂ, ਮੈਂ ਸਿਕਿਉਰਟੀ ਵਾਲੇ ਹਾਇਰ ਕਰਦੇ ਪਿਆ, ਲੌਜਿਕਸ ਹਾਇਰ ਕਰਦਾ ਪਿਆ ਅਤੇ ਸਿਕਿਉਰਟੀ ਗਾਰਡ ਹਾਇਰ ਕਰਦਾ ਪਿਆ। ਸਿਕਿਉਰਟੀ ਗਾਰਡ 'ਚ ਮੇਰੇ ਆਪਦੇ ਬੰਦੇ ਹੈਗੇ, ਜਿਹਨੇ ਲੱਗਣਾ ਹੋਇਆ ਤਾਂ ਮੈਨੂੰ ਇੰਸਟਾ 'ਤੇ ਮੈਸੇਜ ਕਰ ਦਿਓ, ਮੈਂ ਸਿਕਿਉਰਟੀ ਗਾਰਡ 'ਚ ਨੂੰ ਜੁਆਇਨਿੰਗ ਕਰਵਾ ਦੂੰਗਾ। ਪਰ ਲੌਜਿਕਸ ਆਪਣਾ ਕੋਈ ਬੰਦਾ ਨਹੀਂ, ਪਰ ਲੌਜਿਕ ਵੈਸੇ ਇਨ ਪਰਸਨ ਹਾਇਰ ਕਰਦਾ ਪਿਆ, ਜਾ ਕੇ ਆਫਿਸ ਜਾ ਕੇ ਰਿਜ਼ਿਊਮ ਦੇ ਦਿਓ, ਉੱਥੇ ਹਾਇਰਿੰਗ ਪੱਕੀ ਚੱਲਦੀ ਪਈ ਆ, ਤੁਹਾਨੂੰ ਹਾਇਰ ਕਰ ਲੈਣਗੇ। ਇੰਨੀਆਂ ਕੁ ਗੱਲਾਂ ਸੀ, ਬਾਕੀ ਬੱਸ ਸਰਵਿਸ ਬਹੁਤ ਵਧੀਆ ਧਰਮ ਕਾਲਜ ਏਰੀਆ ਦੀ, ਅਤੇ ਸਕੂਲ ਤੋਂ ਸਕੂਲ ਸਿੱਧੀਆਂ ਬੱਸਾਂ ਜਾਂਦੀਆਂ, 20-30 ਮਿੰਟਾਂ ਬਾਅਦ ਬੱਸਾਂ ਆਉਂਦੀਆਂ, ਤਾਂ ਹੁਣ ਬੱਸ ਰੂਟ ਬਹੁਤ ਵਧੀਆ, ਜੋ 2 ਸਾਲ ਪਹਿਲਾਂ ਠੀਕ ਸੀ ਪਰ ਹੁਣ ਪੂਰਾ ਵਧੀਆ। ਬੱਸਾਂ ਦੀ ਗੱਲ ਵੀ ਕਲੀਅਰ ਹੋ ਗਈ, ਰਹਿਣ ਸਹਿਣ ਵੀ ਕਲੀਅਰ ਹੋ ਗਈ, ਅਕੋਮੋਡੇਸ਼ਨ ਬਹੁਤ ਵਧੀਆ ਮਿਲਦੀ ਆ, ਨੇਚਰ ਲੋਕਾਂ ਦਾ ਵਧੀਆ ਇੱਥੇ, ਤੁਹਾਨੂੰ ਕੋਈ ਸੇਫਟੀ ਵੀ ਪੂਰੀ ਆ, ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਕੋਈ ਛੇੜੂਗਾ ਇਹ ਉਹ, ਨਹੀਂ, ਇੱਥੇ ਇਹੋ ਜਿਹਾ ਕੁਛ ਨਹੀਂ, ਇੱਥੇ ਬਹੁਤ ਵਧੀਆ ਇਲਾਕਾ ਅਤੇ ਨਾਈਸ ਅਤੇ ਪੀਸਫੁਲ ਤੁਸੀਂ ਨੇਬਰ ਮਿਲਣਗੇ ਇੱਥੇ। ਇੰਨੀਆਂ ਗੱਲਾਂ ਕਰਦਾ, ਹੋਰ ਕੁਛ ਵੀ ਰਿਗਾਰਡਿੰਗ ਧਰਮ ਕਾਲਜ ਬਾਰੇ ਤੁਹਾਨੂੰ ਕੋਈ ਕੁਸ਼ਚਨ ਹੋਇਆ, ਡਾਊਟ ਹੋਇਆ, ਮੈਨੂੰ ਇੰਸਟਾ 'ਤੇ ਮੈਸੇਜ ਕਰ ਲਿਓ। ਨਹੀਂ ਮੇਰੀਆਂ ਹੋਰ ਵੀ ਵੀਡੀਓਆਂ ਪਾਈਆਂ ਵੀ, ਕਿਹੜੇ ਕੋਰਸ ਚੂਜ਼ ਕਰਕੇ ਲੈ ਕੇ ਆਉਣੇ ਆਉਣ ਲੱਗੇ, ਕਿਵੇਂ ਕਾਲਜ ਆ, ਸਾਰੀਆਂ ਮੇਰੀਆਂ ਵੀਡੀਓ ਪਹਿਲਾਂ ਵੀ ਲਾਈ ਪਾਈਆਂ, ਮੈਨੂੰ ਕਾਲਜ ਮੈਂ ਪੜ੍ਹਦਾ ਹੁੰਦਾ ਸੀ, ਤਾਂ ਉਹ ਸਾਰੀਆਂ ਮੇਕ ਸ਼ੋਰ ਕਰੋ, ਯੂਟਿਊਬ ਚੈਨਲ 'ਤੇ ਜਾ ਕੇ ਦੇਖ ਲਓ, 3-4 ਹੋਰ ਨੇ, ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲੂ। ਇੱਕ ਮੇਰੀ ਵੀਡੀਓ ਪਾਈ ਵਿੱਚ 15 ਮਿਸਟੇਕ ਸਟੂਡੈਂਟ ਕਰਦੇ ਆ ਧਰਮ ਕਾਲਜ ਸਿਲੈਕਟ ਕਰਨ ਲੱਗੇ ਜਾਂ ਕੋਈ ਵੀ ਕਾਲਜ ਸਿਲੈਕਟ ਕਰਨ ਲੱਗੇ, ਉਹ ਵੀਡੀਓ ਚੈੱਕ ਕਰ ਲਿਓ, ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂ ਉੱਥੋਂ। ਇੰਨੀ ਕੁ ਆਪਣੀ ਗੱਲ ਸੀ, ਕਿਸੇ ਨੇ ਹੋਰ ਕਾਲ 'ਤੇ ਗੱਲ ਨਹੀਂ ਕਰਨੀ, ਕੁਛ ਵੀ ਰਿਗਾਰਡਿੰਗ ਹੋਈ ਤਾਂ ਇੰਸਟਾ 'ਤੇ ਵੀ ਬਣਾਇਆ ਵਾ ਗੁਰੀ ਕੈਨੇਡੀਅਨ ਬਲੌਗ 'ਤੇ ਜਾ ਕੇ ਆਪਾਂ ਨੂੰ ਸਬਸਕ੍ਰਾਈਬ ਕਰ ਲਿਓ, ਫੋਲੋ ਕਰ ਲਿਓ, ਅਤੇ ਆਹ ਚੈਨਲ ਯੂਟਿਊਬ ਦਾ ਫੋਲੋ ਕਰਨਾ ਨਾ ਭੁੱਲਿਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਨਹੀਂ ਹੋ ਤੋ ਸਬਸਕ੍ਰਾਈਬ ਕਰੋ, ਉਹ ਜੋ ਲਾਲ ਵਾਲਾ ਬਟਨ ਹੈ ਉਸ 'ਤੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ।